ਹਾਂ ਜੀ ਅਵਤਾਰ ਸਿੰਘ। ਅਵਤਾਰ ਸਿੰਘ, ਅੱਜ ਲਾਠੀਚਾਰਜ ਹੋਇਆ, ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਪ੍ਰਸ਼ਾਸਨ ਸਾਡੇ ਨਾਲ ਬਹੁਤ ਹੀ ਵਧੀਕੀ ਕੀਤੀ ਆ ਜਿਹੜੀ ਸਾਡੇ ਨਾਲ। ਇਹ ਬਹੁਤ ਸਾਨੂੰ 2 ਮਹੀਨਿਆਂ ਦੇ ਕਰੀਬ ਹੋ ਗਿਆ ਸੰਗਰੂਰ ਦੀ ਧਰਤੀ 'ਤੇ ਬੈਠਿਆਂ ਨੂੰ, ਪਰ ਮੁੱਖ ਮੰਤਰੀ ਸਾਹਿਬ ਨਾਲ ਸਾਡੀਆਂ ਕੋਈ ਵੀ ਮੀਟਿੰਗ ਨਹੀਂ ਹੋਈ। ਸੰਗਰੂਰ ਦੇ ਜਿਹੜੀ ਪ੍ਰਸ਼ਾਸਨ ਆ ਸਾਨੂੰ ਮੀਟਿੰਗਾਂ ਦਿੰਦੇ ਰਹੇ, ਪਰ ਇਸ ਮੀਟਿੰਗਾਂ ਦਾ ਕੋਈ ਵੀ ਸਿੱਟਾ ਨਹੀਂ। ਜਦ ਅਸੀਂ ਇੱਕ ਮਜ਼ਦੂਰ ਪੱਲੇਦਾਰ ਮੰਗ ਆ ਜਿਹੜੀ ਸਾਡੀ ਬਿਲਕੁਲ ਜਾਇਜ਼ ਆ, ਕਿਉਂਕਿ ਅਸੀਂ ਕੁਝ ਜ਼ਿਆਦਾ ਸਰਕਾਰ ਤੋਂ ਕੁਛ ਨਹੀਂ ਮੰਗਦੇ। ਜੋ ਅਸੀਂ ਪੱਲੇਦਾਰ ਅਸੀਂ ਸੰਘਰਸ਼ ਕਰ ਰਹੇ ਹਾਂ, ਸਿਰਫ ਇੱਕ ਹੀ ਮੰਗ ਆ ਸਾਡੀ ਕਿ ਜੋ ਸੈਂਟਰ ਸਰਕਾਰ ਸਾਨੂੰ ਕੰਮ ਕਰਨ ਦਾ ਭੁਗਤਾਨ ਦਿੰਦੀ ਆ, ਸਾਨੂੰ ਸਿੱਧਾ ਦਿੱਤਾ ਜਾਵੇ। ਪਰ ਪੰਜਾਬ ਸਰਕਾਰ ਇਹਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਲਾਗੂ ਕਰਕੇ ਸਾਡੀ ਵੱਡੀ ਜ਼ਿਆਦਾ ਲੁੱਟ ਕਰ ਰਹੀ ਆ। ਕੀ ਮੰਗਾਂ ਨੇ ਅੱਜ ਲਾਠੀਚਾਰਜ ਹੋਇਆ, ਕਿੰਨੇ ਕੁ ਬੰਦੇ ਫੱਟੜ ਹੋਏ? ਇੱਥੇ ਹਜ਼ਾਰਾਂ ਦੀ ਹਿਸਾਬ ਨਾਲ ਸਾਡੇ ਬੰਦੇ ਫੱਟੜ ਹੋਏ ਨੇ ਜੀ, ਧੱਕਾਸ਼ਾਹੀ ਹੋਈ ਆ ਸਾਡੇ ਨਾਲ। ਔਰ ਸਾਡੀ ਜਿਹੜੀ ਜਾਇਜ਼ ਮੰਗ ਆ, ਬਿਲਕੁਲ ਜਾਇਜ਼ ਮੰਗ ਆ, ਜਿਸ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਘਾਟਾ ਨਹੀਂ ਪੰਜਾਬ ਸਰਕਾਰ ਨੂੰ ਪੈ ਰਿਹਾ। ਸਾਡੀ ਮੰਗ ਇੱਕੋ ਹੀ ਆ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ। ਜੋ ਮਜ਼ਦੂਰਾਂ ਦਾ ਲੱਖਾਂ ਕਰੋੜਾਂ ਰੁਪਇਆ ਘਰੇ ਬੈਠਾ ਵਿਹਲਾ ਖਾ ਰਿਹਾ ਵਾ, ਔਰ ਮਜ਼ਦੂਰ ਮਿਹਨਤ ਕਰਕੇ ਵੀ ਉਸ ਨੂੰ ਕਮਾਈ ਨਹੀਂ ਹੁੰਦੀ ਔਰ ਉਹਨਾਂ ਦੇ ਚੁੱਲ੍ਹੇ ਨਹੀਂ ਚੱਲ ਰਹੇ, ਇਸ ਕਰਕੇ ਅਸੀਂ 2 ਮਹੀਨੇ ਦੇ ਕਰੀਬ ਸਾਨੂੰ ਸੰਗਰੂਰ ਦੀ ਧਰਤੀ 'ਤੇ ਹੋ ਗਿਆ ਬੈਠਿਆਂ ਨੂੰ। ਜੋ ਸਰਕਾਰ ਉਹਨਾਂ ਦੀ ਸਕੀਮ 'ਚ ਚਲਾਈ ਹੋਈ ਆ ਵੀ ਆਪ ਕੀ ਸਰਕਾਰ ਆਪ ਕੇ ਦੁਆਰ, ਪਰ ਸਾਨੂੰ 2 ਮਹੀਨੇ ਹੋ ਗਏ ਮੁੱਖ ਮੰਤਰੀ ਦੇ ਦਰਬਾਰ ਬੈਠਿਆਂ ਨੂੰ, ਸਾਡੀ ਕੋਈ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਸਾਰ ਨਹੀਂ ਲਈ। ਮੇਰਾ ਨਾਮ ਛਿੰਦਾ ਸਿੰਘ ਜੀ। ਅੱਜ ਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ? ਅੱਜ ਮੰਗਾਂ ਸਾਡੀਆਂ ਜਿਹੜੀਆਂ 35 ਸਾਲਾਂ ਤੋਂ ਅਸੀਂ ਇੱਕੋ ਇੱਕ ਮੰਗ ਕਰਦੇ ਆ ਰਹੇ ਹਾਂ ਕਿ ਸਾਡੇ ਵਿੱਚ ਜਿਹੜਾ ਇੱਕ ਠੇਕੇਦਾਰੀ ਸਿਸਟਮ ਹੈ, ਮੰਨ ਲਓ ਵੀ ਕੇਂਦਰ ਸਰਕਾਰ ਸਾਨੂੰ 50% 'ਤੇ 4.5 ਰੁਪਏ ਗੱਟਾ ਦੇ ਰਹੀ ਹੈ, ਅਸੀਂ ਕਹਿੰਦੇ ਵੀ 4.5 ਰੁਪਈਏ ਸਾਨੂੰ ਸਿੱਧਾ ਦਿੱਤਾ ਜਾਵੇ, ਜਦੋਂ ਕਿ ਇਹ ਪੰਜਾਬ ਸਰਕਾਰ ਇੱਕ ਟੈਂਡਰ ਕਰਦੀ ਹੈ ਜਿਹਦੇ ਵਿੱਚ ਇੱਕ ਠੇਕਾ ਜੋ ਇਹਨਾਂ ਦਾ ਨੁਮਾਇੰਦਾ ਉਹ ਠੇਕਾ ਲੈ ਜਾਂਦਾ, ਅੱਗੇ ਮਜ਼ਦੂਰਾਂ ਨੂੰ 2 ਰੁਪਈਏ ਗੱਟਾ ਦਿੰਦਾ ਹੈ। ਮਸਲਾ ਸੈਂਟਰ ਸਰਕਾਰ ਦਾ, ਪੰਜਾਬ ਸਰਕਾਰ ਦੇ ਕਿਉਂ ਵਾਰ ਕੇ ਡਿੱਗੇ? ਕੇਂਦਰ ਸਰਕਾਰ ਜਿਹੜਾ 3 ਮਹੀਨਿਆਂ ਬਾਅਦ ਸਾਡਾ ਬੇਸਿਕ ਰੇਟ 25% ਵਧਾਉਂਦਾ ਹੈ, ਜਿਹੜੀ ਪੰਜਾਬ ਸਰਕਾਰ ਟੈਂਡਰ ਪਵਾ ਕੇ ਰੇਟ ਘਟਾ ਦਿੰਦੀ ਆ। ਹਰ ਸਾਲ ਸਾਡਾ 7 ਸਾਲ ਹੋ ਗਏ ਰੇਟ ਉਸੇ ਦੇ ਉਸੇ ਤਰ੍ਹਾਂ ਹੀ ਰੇਟ ਹੈ, ਜੋ ਅਕਾਲੀ ਸਰਕਾਰ ਦੇ ਰਹੀ ਸੀ ਰੇਟ ਅੱਜ ਵੀ ਅਕਾਲੀ ਸਰਕਾਰ ਦਾ ਰੇਟ ਹੈ। ਮਹਿੰਗਾਈ ਵੱਧ ਰਹੀ ਹੈ ਪਰ ਸਾਡੇ ਮਜ਼ਦੂਰ ਜਮਾਤ ਨਾਲ ਧੱਕਾ ਹੋ ਰਿਹਾ ਜੀ। ਕੀ ਅੱਜ ਲਾਠੀਚਾਰਜ ਹੋਇਆ, ਕਿੰਨੇ ਕੁ ਬੰਦੇ ਫੱਟੜ ਹੋਏ ਨੇ? ਬੰਦੇ ਜੀ ਅਣਗਿਣਤੀ ਨਾਲ, ਕਿਉਂਕਿ ਮੈਂ ਤਾਂ ਆਪ, ਮੇਰੇ ਤਾਂ ਆਪ ਸੱਟਾਂ ਮਾਰੀਆਂ ਗਈਆਂ, ਮੇਰੇ ਤਾਂ ਆਪ ਮਗਰੋਂ ਲਾਠੀਆਂ ਮਾਰੀਆਂ ਨੇ। ਇਹਨਾਂ ਦੱਸ ਦਿਓ ਵੀ ਮੈਂ ਪੰਜਾਬ ਦਾ ਸੂਬਾ ਸਕੱਤਰ ਹਾਂ, ਪਰ ਫਿਰ ਵੀ ਜਿਹੜੀ ਇਹਨਾਂ ਦੇ ਕਮਾਂਡੋ ਹੈ ਉਹਨਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਅੱਜ। ਸਾਡੇ ਮੋਹਨ ਪ੍ਰਧਾਨ ਜੀ ਨੇ, ਉਹਨਾਂ ਦੀ ਪੱਗ ਲੈ ਗਈ ਜੀ, ਹੋਰ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਸਿਰ ਪਾਟ ਗਏ ਨੇ ਜੀ। ਕੀ ਮੰਗ ਕਰਦੇ ਹੋ ਫਿਰ? ਧਰਨਾ ਪੱਕੇ ਤੌਰ 'ਤੇ ਲਾਤਾ? ਮੰਗ ਹੈ ਜੀ, ਸਾਡਾ ਕੋਰਟ ਲੱਗਣ ਵਾਲਾ ਜੀ, 10-12 ਤਰੀਕ ਤੱਕ ਹੈ। ਸਾਨੂੰ 1 ਤਰੀਕ ਨੂੰ ਵਿਸ਼ਵਾਸ ਦਵਾਇਆ ਸੀ, 28 ਤਰੀਕ ਨੂੰ ਇਹਨਾਂ ਨੇ ਮੰਤਰੀ ਮੰਡਲ ਨੇ ਵੀ ਅਸੀਂ ਤੁਹਾਡੀ ਪ੍ਰਪੋਜ਼ਲ ਇਜਲਾਸ ਚੱਲ ਰਿਹਾ ਉਹਦੇ ਵਿੱਚ ਭੇਜ ਦੇਣੇ ਆ, 4 ਤਰੀਕ ਤੱਕ ਤੁਸੀਂ ਇੰਤਜ਼ਾਰ ਕਰੋ। 4 ਤਰੀਕ ਤੱਕ ਅਸੀਂ ਨਾ ਤਾਂ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਨਾਰਾ ਲਾਇਆ, ਨਾ ਸਰਕਾਰ ਦੇ ਵਿਰੁੱਧ। ਅੱਜ ਜਦੋਂ 4 ਤਰੀਕ ਸਾਡੀ ਟੱਪ ਗਈ, ਸਾਡੇ ਵਰਕਰਾਂ ਵਿੱਚ ਰੋਸ ਹੈ ਵੀ 2 ਮਹੀਨੇ ਹੋ ਗਏ ਅਸੀਂ ਲੱਖਾਂ ਰੁਪਈਆ ਖਰਚ ਕਰਕੇ ਆਪਦਾ ਲੰਗਰ ਪਾਣੀ ਛੱਕ ਰਹੇ ਹਾਂ, ਤੰਬੂਆਂ ਵਿੱਚ ਬੈਠੇ ਹਾਂ। ਲੋਹੜੀ ਜਿਹੜੀ ਕਾਲੀ ਸੀ, ਜਿਹੜੀ ਲੋਹੜੀ ਲੋਕ ਘਰੇ ਬੈਠ ਕੇ ਮਨਾਉਂਦੇ ਨੇ, ਅਸੀਂ ਸੰਗਰੂਰ ਦੇ ਵਿੱਚ ਅਨਾਜ ਮੰਡੀ ਵਿੱਚ ਕਾਲੀ ਲੋਹੜੀ ਮਨਾਈ। ਜਿਹੜੀ 26 ਜਨਵਰੀ ਗਣਤੰਤਰਤਾ ਦਿਵਸ ਸੀ ਉਹ ਵੀ ਅਸੀਂ ਇੱਥੇ, ਜਿਹੜੀ ਸਾਡੇ ਵਾਸਤੇ ਤਾਂ ਕੋਈ ਆਜ਼ਾਦੀ ਨਹੀਂ ਜੀ। ਮੈਂ ਕਿਰਨਜੀਤ ਸਿੰਘ ਗਹਿਰੀ, ਨੈਸ਼ਨਲ ਅਦਾਲਤ ਮਹਾਂਪੰਚਾਇਤ ਪੰਜਾਬ ਦਾ ਚੇਅਰਮੈਨ ਹਾਂ। ਅੱਜ ਜਿਹੜਾ ਲਾਠੀਚਾਰਜ ਹੋਇਆ ਹੈ ਇਹਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ, ਔਰ ਮੈਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਦੋਂ ਸੱਤਾ 'ਚ ਆਉਣਾ ਸੀ ਉਦੋਂ ਸਟੇਜਾਂ 'ਤੇ ਇਹ ਗੱਲ ਕਿਹਾ ਕਰਦਾ ਸੀ ਕਿ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ, ਕਿਸੇ ਦੀਆਂ ਪੱਗਾਂ ਨਹੀਂ ਉਤਰਨੀਆਂ। ਅੱਜ ਇੱਥੇ ਉਹ ਮਜ਼ਦੂਰ ਵਰਗ ਜਿਹੜਾ ਆਪਣੇ ਮੋਢਿਆਂ 'ਤੇ ਬੋਰੀਆਂ ਢੋ ਕੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਹੈ, ਉਹਨਾਂ ਮਜ਼ਦੂਰਾਂ ਦੇ ਉੱਪਰ ਲਾਠੀਚਾਰਜ ਹੋਇਆ, ਉਹਨਾਂ ਮਜ਼ਦੂਰਾਂ ਦੇ ਸਿਰ ਪਾਟੇ, ਉਹਨਾਂ ਮਜ਼ਦੂਰਾਂ ਦੀਆਂ ਪੱਗਾਂ ਲਈਆਂ, ਵਾਲ ਖਿਲਰੇ, ਅਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਦਾ ਜਵਾਬ ਦੇਣਾ ਬਣਦਾ ਹੈ।
ਔਰ ਮੈਨੂੰ ਇੱਕ ਬੜੇ ਹੋਰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਹੈ ਕਿ 38 MLA ਸ਼ਡਿਊਲ ਕਾਸਟ ਦਲਿਤ ਭਾਈਚਾਰੇ ਨਾਲ ਸੰਬੰਧਿਤ ਪੰਜਾਬ ਦੀ ਵਿਧਾਨ ਸਭਾ 'ਚ ਬੈਠੇ ਹੈ ਔਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ। ਉਸ ਸੈਸ਼ਨ ਦੇ ਵਿੱਚ ਇਹ ਪੱਲੇਦਾਰ ਮਜ਼ਦੂਰਾਂ ਦੇ ਮਸਲੇ ਨੂੰ ਨਹੀਂ ਉਠਾਇਆ ਜਾ ਰਿਹਾ ਕਿਉਂਕਿ ਸਰਕਾਰ ਦੇ ਜਿਹੜੇ ਠੇਕੇਦਾਰ ਵਿਚੋਲੇ ਹੈ ਸਰਕਾਰ ਤੋਂ ਲੈਂਦੇ ਆ 6 ਰੁਪਈਏ 6.5 ਰੁਪਈਏ, ਇਹਨਾਂ ਨੂੰ ਦਿੰਦੇ ਆ ਵਿਚਾਰਿਆਂ ਨੂੰ 2 ਰੁਪਈਏ 2.5 ਰੁਪਈਏ, ਫਿਰ ਵੀ ਆਪਣੇ ਬੋਢਿਆਂ ਦੇ ਉੱਤੇ ਬੋਰੀਆਂ ਚੱਕ ਕੇ ਰਾਤ ਨੂੰ ਦਿਨ ਨੂੰ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ 2 ਬੋਰਡ ਸਿਸਟਮ ਦੀ ਮੰਗ ਇਸੇ ਕਰਕੇ ਕੀਤੀ ਸੀ ਕਿ ਉਹ ਪਾਰਟੀਆਂ ਦੇ MLA ਬਣ ਕੇ ਰਹਿ ਜਾਂਦੇ ਆ, ਉਹ ਸਮਾਜ ਦੇ ਮਜ਼ਦੂਰਾਂ ਦੇ ਗਰੀਬਾਂ ਦੇ MLA ਨਹੀਂ ਹੁੰਦੇ। ਮੈਂ ਆਹ ਮੇਰੇ ਕੋਲ ਇੱਕ ਕੇਂਦਰ ਸਰਕਾਰ ਦਾ ਪੱਤਰ ਹੈ ਜਿਹੜਾ 2017 'ਚ ਜਾਰੀ ਕੀਤਾ ਗਿਆ, ਸੁਪਰੀਮ ਕੋਰਟ ਦੇ ਵੀ ਆਦੇਸ਼ ਨੇ, ਕੇਂਦਰ ਸਰਕਾਰ ਦਾ ਇਹ ਪੱਤਰ ਵੀ ਹੈ। ਇਹਦੇ 'ਚ ਉਹਨਾਂ ਨੇ ਕਿਹਾ ਕਿ ਘੱਟੋ ਘੱਟ 24,000 ਰੁਪਈਆ ਮਜ਼ਦੂਰ ਨੂੰ ਮਹੀਨੇ ਦਾ ਮਿਲਣਾ ਚਾਹੀਦਾ। ਜੇ ਤਾਂ ਸਾਡੇ ਖਿਲਾਫ਼ ਕੋਈ ਆ ਜਾਵੇ, ਹੁਕਮ ਆ ਜਾਵੇ ਸੁਪਰੀਮ ਕੋਰਟ ਕੋਲ ਤੋਂ ਫੈਸਲਾ ਕਰਾ ਲੈਣ, ਤਾਂ ਉਹ ਰਾਤੋਂ ਰਾਤ ਇੰਪਲੀਮੈਂਟ ਹੋ ਜਾਂਦਾ ਰਾਤੋ ਰਾਤ, ਅਤੇ ਜਿਹੜਾ ਮਜ਼ਦੂਰਾਂ ਦੇ ਹੱਕ 'ਚ ਆਉਂਦਾ, ਗਰੀਬਾਂ ਦੇ ਹੱਕ 'ਚ ਆਉਂਦਾ, ਉਹ ਇਹ ਦਬਾ ਕੇ ਬਹਿ ਜਾਂਦੇ ਆ। ਤਾਂ ਇਸ ਕਰਕੇ ਜਿਹੜੀ ਅੱਜ ਘਟਨਾ ਵਾਪਰੀ ਹੈ, ਮੈਂ ਸਮਝਦਾ ਕਿ ਪੰਜਾਬ ਪੁਲਿਸ ਠੀਕ ਹੈ ਕਿ ਪੁਲਿਸ ਜਿਹੜੀ ਸਰਕਾਰ ਹੁੰਦੀ ਹੈ ਪੁਲਿਸ ਉਹਨਾਂ ਦੀ ਉਹ ਹੁੰਦੀ ਹੈ, ਪਰ ਪੁਲਿਸ ਵੱਲੋਂ ਇੱਥੇ ਲੜਕੀਆਂ ਨੂੰ ਅੱਗੇ ਕੀਤਾ ਗਿਆ, ਲੜਕੀਆਂ ਨੂੰ ਅੱਗੇ ਕਰਕੇ ਇਹਨਾਂ ਮਜ਼ਦੂਰਾਂ ਦੇ ਨਾਲ ਟਕਰਾਅ ਕਰਨ ਲਈ ਕਿਹਾ ਗਿਆ, ਕਿਉਂਕਿ ਕਦੇ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਔਰਤ ਦਾ ਸਤਿਕਾਰ ਕੀਤਾ, ਮਹਿਲਾਵਾਂ ਦਾ ਸਤਿਕਾਰ ਕੀਤਾ, ਇਹ ਉਹ ਵਰਗ ਹੈ ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਨੇ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟਿਆਂ ਦਾ ਖਿਤਾਬ ਦਿੱਤਾ। ਇਹ ਉਹ ਲੋਕ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ 1.25 ਲੱਖ ਸੇ ਇੱਕ ਲੜਾਊ ਤੋਵੇ ਗੋਬਿੰਦ ਸਿੰਘ ਨਾਮ ਕਹਾਉ। ਅੱਜ ਇਸ ਵਰਗ ਦੇ ਲੋਕਾਂ ਦੀਆਂ ਪੱਗਾਂ ਰੋਲੀਆਂ ਗਈਆਂ, ਇਹਦਾ ਸ਼੍ਰੋਮਣੀ ਕਮੇਟੀ ਨੂੰ ਵੀ, ਅਕਾਲ ਤਖ਼ਤ ਸਾਹਿਬ ਨੂੰ ਵੀ ਨੋਟਿਸ ਲੈਣਾ ਚਾਹੀਦਾ ਜੇ ਉਹ ਸਾਨੂੰ ਸਿੱਖ ਮੰਨਦੇ ਆ ਤਾਂ, ਕਿਉਂਕਿ ਅਸਲ ਸਿੱਖ ਤਾਂ ਅਸੀਂ ਹਾਂ। ਅਸੀਂ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਇਹ ਪੱਗਾਂ ਲਾਈਆਂ ਗਈਆਂ ਅੰਮ੍ਰਿਤਧਾਰੀ ਬੰਦਿਆਂ ਦੀਆਂ, ਕੇਸ ਖਿਲਾਰੇ ਗਏ ਆ, ਕੇਸ ਪੱਟੇ ਗਏ ਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹਦਾ ਨੋਟਿਸ ਲੈਣ ਅਤੇ ਮੁੱਖ ਮੰਤਰੀ ਪੰਜਾਬ ਦੀ ਜਵਾਬਦੇਹੀ ਕਰਨ ਕਿ ਅਕਾਲ ਤਖ਼ਤ ਦੇ ਸੱਦ ਕੇ ਉਹਨਾਂ ਨੂੰ ਇਹਦੀ ਸਜ਼ਾਵਾਂ ਲਾਉਣੀਆਂ ਚਾਹੀਦੀਆਂ।